ਜਿਹੜੇ ਵੀ ਵਿਦਿਆਰਥੀ ਆਪਣਾ ਭਵਿੱਖ ਸਿਵਲ ਸਰਵਿਸਿਜ਼ ਦੇ ਵਿੱਚ ਬਣਾਉਣਾ ਚਾਹੁੰਦੇ ਨੇ, ਖਾਸ ਕਰਕੇ ਵੈਨ ਦੇ ਪਰਫੋਰਮ ਐਕਸੇਲੈਂਟਲੀ ਐਟ 10% 2 ਲੈਵਲ, ਦੈਨ ਫਾਰ ਦੈਮ ਦਾ ਚੋਇਸ ਇਜ਼ ਫਸਟ ਟੂ ਗੈਟ ਦੀ ਗ੍ਰੈਜੂਏਸ਼ਨ ਡਿਗਰੀ ਇਨ ਇੰਡੀਆ, ਬਿਕੋਜ਼ ਦਾ ਮਿਨੀਮਮ ਕੁਆਲੀਫਿਕੇਸ਼ਨ ਫਾਰ ਸਿਵਲ ਸਰਵਿਸਿਜ਼, ਵੈਦਰ ਦਾ ਸਟੇਟ ਸਿਵਲ ਸਰਵਿਸਿਜ਼ ਔਰ ਸੈਂਟਰਲ ਸਿਵਲ ਸਰਵਿਸਿਜ਼ ਇਜ਼ ਗ੍ਰੈਜੂਏਸ਼ਨ। ਅਤੇ ਉਹ ਗ੍ਰੈਜੂਏਸ਼ਨ ਤੋਂ ਬਾਅਦ ਕਿਆ ਕਰਦੇ ਨੇ, ਫਿਰ ਕੋਚਿੰਗ ਸੈਂਟਰਾਂ 'ਚ ਜਾਂਦੇ ਨੇ, ਦੋ ਦੋ ਤਿੰਨ ਤਿੰਨ ਚਾਰ ਚਾਰ ਸਾਲ ਦੀ ਪੜ੍ਹਾਈ ਉੱਥੇ ਕਰਦੇ ਨੇ, ਕਾਫੀ ਪੈਸਾ ਖਰਚ ਕਰਦੇ ਨੇ, ਅਤੇ ਉਸ ਤੋਂ ਬਾਅਦ ਉਹ ਇਗਜ਼ਾਮ 'ਚ ਬੈਠਦੇ ਨੇ, ਅਤੇ ਜਿਨ੍ਹਾਂ 'ਚੋਂ ਬਹੁਤ ਸਕਸੈਸਫੁੱਲ ਹੁੰਦੇ ਨੇ, ਕੋਈ ਸਕਸੈਸਫੁੱਲ ਨਹੀਂ ਵੀ ਹੁੰਦੇ। ਅਤੇ ਅਸੀਂ ਇਹ ਸੋਚਿਆ ਕਿ ਜਿਹੜੇ ਬੱਚੇ ਵੀ ਸਿਵਲ ਸਰਵਿਸਿਜ ਦੇ ਵਿੱਚ ਆਉਣਾ ਚਾਹੁੰਦੇ ਨੇ, ਆਪਣੇ ਕੈਰੀਅਰ ਨੂੰ ਬਣਾਉਣਾ ਚਾਹੁੰਦੇ ਨੇ, ਕਿਉਂ ਨਾ ਉਹਨਾਂ ਨੂੰ ਅਸੀਂ ਫਸਟ ਈਅਰ ਤੋਂ ਹੀ ਅੰਡਰ ਗ੍ਰੈਜੂਏਸ਼ਨ ਤੋਂ, ਜਦੋਂ ਇਹ ਅਕਾਲ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀ ਆਉਂਦੇ ਨੇ, ਉਹਨਾਂ ਨੂੰ ਆਪਣੀ ਪੜ੍ਹਾਈ ਦੇ ਨਾਲ ਨਾਲ ਸਿਵਲ ਸਰਵਿਸਿਜ ਦੀ ਵੀ ਤਿਆਰੀ ਕਰਾਈ ਜਾਏ। ਅਤੇ ਉਸ ਮਕਸਦ ਦੇ ਨਾਲ ਅਸੀਂ ਜਿਹੜੇ ਹਰ ਬੱਚਾ ਜੋ ਕਿ ਅਕਾਲ ਯੂਨੀਵਰਸਿਟੀ ਦੇ ਵਿੱਚ ਦਾਖਲ ਹੁੰਦਾ ਹੈ ਅੰਡਰ ਗ੍ਰੈਜੂਏਸ਼ਨ ਲੈਵਲ 'ਤੇ, ਬੀ ਐੱਸ ਸੀ ਜਾਂ ਬੀ ਏ ਓਨਰ ਦੇ ਕੋਰਸਿਸ ਲੈਂਦਾ ਹੈ, ਉਸ ਨੂੰ ਅਸੀਂ ਜਿਹੜੇ ਚਾਰ ਜਨਰਲ ਸਟੱਡੀ ਆਈ ਐੱਸ ਦੇ ਪੇਪਰਸ ਨੇ ਉਹ ਕੰਪਲਸਰੀ ਪੇਪਰ ਪੜ੍ਹਾ ਦਿੰਦੇ ਹਾਂ। ਉਸ ਤੋਂ ਇਲਾਵਾ ਅਸੀਂ ਜੋ ਵੀ ਸਿਵਲ ਸਰਵਿਸਿਜ਼ ਦੇ ਅਸੀਂ ਬੈਚ ਅਸੀਂ ਉਹ ਬੱਚੇ ਸਿਲੈਕਟ ਕੀਤੇ ਜਿਹੜੇ ਕਿ ਹਾਈਲੀ ਡੈਡੀਕੇਟਡ ਨੇ, ਜਿਨ੍ਹਾਂ ਬੱਚਿਆਂ ਦੇ ਵਿੱਚ ਪੋਟੈਂਸ਼ੀਅਲ ਵੀ ਹੈ ਅਤੇ ਜਿਨ੍ਹਾਂ ਬੱਚਿਆਂ ਦਾ ਏਮ ਸਿਵਲ ਸਰਵਿਸਿਜ਼ ਦੇ ਵਿੱਚ ਜਾਣ ਦਾ ਹੈ, ਅਸੀਂ ਉਹ ਕੁਛ ਬੱਚੇ ਹਰ ਸਾਲ ਸਿਲੈਕਟ ਕਰਦੇ ਹਾਂ ਸੁਪਰ 20 ਸੁਪਰ 30 ਬੈਚ ਕਰਕੇ। ਅਸੀਂ ਉਹਨਾਂ ਬੱਚਿਆਂ ਦੀ ਅਪਾਰਟ ਫਰੋਮ ਜਿਹੜੇ ਜਨਰਲ ਸਟੱਡੀ ਦੇ ਚਾਰ ਪੇਪਰ ਪੜ੍ਹਾਉਂਦੇ ਹਾਂ, ਹਰ ਰੋਜ਼ ਉਹਨਾਂ ਦੀ ਇੱਕ ਕਲਾਸ ਸੁਬਹਾ ਸਿਵਲ ਸਰਵਿਸਿਜ਼ ਦੀ ਹੁੰਦੀ ਹੈ, ਤਾਂ ਕਿ ਉਹਨਾਂ ਨੂੰ ਕੰਟੀਨਿਊਸਲੀ 3 ਸਾਲ ਉਸ ਕੰਮ ਵਾਸਤੇ ਗਰੂਮ ਕੀਤਾ ਜਾਏ, ਤਾਂ ਕਿ ਉਹ ਆਪਣੀ ਅੰਡਰ ਗ੍ਰੈਜੂਏਸ਼ਨ ਦੀ ਡਿਗਰੀ ਵੀ ਲੈ ਪਾਉਣ ਅਤੇ ਆਪਣਾ ਸਿਵਲ ਸਰਵਿਸਿਜ਼ ਦੀ ਵੀ ਤਿਆਰੀ ਕਰਨ। ਅਤੇ ਇਸੇ ਤਰ੍ਹਾਂ ਜਦੋਂ ਸਮਰ ਵਕੇਸ਼ਨਸ ਹੁੰਦੀਆਂ ਨੇ, ਸਮਰ ਵਕੇਸ਼ਨ ਦੇ ਵਿੱਚ ਇੱਕ ਸਪੈਸ਼ਲ ਸਮਰ ਸਕੂਲ ਇਹਨਾਂ ਵਾਸਤੇ ਸਮਰ ਕੈਂਪ ਹੈ, ਜਿੱਥੇ ਕਿ ਇਹਨਾਂ ਦੀ 30-40 ਦਿਨ ਤਕਰੀਬਨ ਕੰਟੀਨਿਊਸ ਕਲਾਸਿਸ ਸਿਵਲ ਸਰਵਿਸਿਜ਼ ਦੀਆਂ ਹੁੰਦੀਆਂ ਨੇ, ਸੁਬਹ ਤੋਂ ਸ਼ਾਮ ਤੱਕ ਇੰਟੈਂਸਿਵ ਕੋਚਿੰਗ ਉਹਨਾਂ ਦਿਨਾਂ ਦੇ ਵਿੱਚ ਹੁੰਦੀ ਹੈ। ਅਤੇ ਸਾਡਾ ਇਹ ਆਸਾ ਹੈ ਕਿ ਜਿਹੜੇ ਇਹ ਬੱਚੇ ਨੇ ਜਦੋਂ ਅਕਾਲ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਲੈਣ, ਤਾਂ ਇਹ ਇੰਨੇ ਕੰਪੀਟੈਂਟ ਹੋਣ ਕਿ ਕਿਸੇ ਵੀ ਐਗਜ਼ਾਮ ਦੇ ਵਿੱਚ ਬੈਠਣ, ਤਾਂ ਇਹ ਆਪਣਾ ਉਹ ਐਗਜ਼ਾਮ ਦੇ ਵਿੱਚ ਸਕਸੈਸਫੁੱਲੀ ਉਸਨੂੰ ਕਰੈਕ ਕਰਨ ਅਤੇ ਆਪਣਾ ਭਵਿੱਖ ਬਣਾਉਣ, ਖਾਸ ਕਰਕੇ ਸਿਵਲ ਸਰਵਿਸਿਜ਼ ਦੇ ਵਿੱਚ, ਜੋ ਕਿ ਇਹਨਾਂ ਦਾ ਆਪਣਾ ਡ੍ਰੀਮ ਵੀ ਹੈ, ਆਪਣਾ ਇਹਨਾਂ ਦਾ ਓਬਜੈਕਟਿਵ ਵੀ ਹੈ, ਅਤੇ ਇਸ ਕਰਕੇ ਇਹਨਾਂ ਨੇ ਕਾਲ ਯੂਨੀਵਰਸਿਟੀ ਨੂੰ ਚੁਣਿਆ ਵੀ ਹੈ।